ਹਾਂਜੀ ਜੀ, ਗੁਰਪਿਆਰੀ ਸਿੰਘ ਜੀ ਸਾਡੇ ਨਾਲ ਯੂਪੀ ਤੋਂ ਆਏ ਹੋਏ ਸੁਰਿੰਦਰ ਸਿੰਘ ਮੋਂਗਾ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਾ। ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅੱਜ ਆਏ ਹੋਏ ਨੇ। ਇਹ ਗੁਰੂ ਪੁਰਬ ਇੱਥੇ ਚੱਲ ਰਿਹਾ ਪ੍ਰੋਗਰਾਮ, ਅਤੇ ਇਹਨਾਂ ਨੇ ਕਿੱਦਾਂ ਦੀ ਫੀਲਿੰਗਸ ਇਹਨਾਂ ਦੀ ਆਈ, ਅਤੇ ਉਹ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਵਿੱਚ ਮੇਰੀ ਪੁੰਨਿਆ ਹਰ ਮਿਲਿਆ ਨਿਰੰਜਨ ਰਾਜ ਜੀਓ, ਆਨੰਦ ਪਿਆ ਵੱਡ ਭਰਾ ਗਿਓ, ਗ੍ਰਹਿ ਪ੍ਰਗਟੇ ਪ੍ਰਭਾਏ ਜੀਓ। ਅੱਜ ਸਾਰਾ ਸੰਸਾਰ ਤੂੰ ਸਤਿਗੁਰ ਚੌਜੁਗੀ ਆਪ ਆਪੇ ਪਰਮੇਸ਼ਰ ਧੰਨ ਗੁਰੂ ਨਾਨਕ ਦੇ ਚੌਥੇ ਸਰੂਪ, ਸਿੱਖੀ ਦੇ ਕੇਂਦਰ, ਸਿੱਖੀ ਦੇ ਸੋਮੇ, ਸਿੱਖੀ ਦੀ ਧੁਰੀ, ਜਿੱਥੇ ਸੱਭੇ ਥਾਂ ਨਹੀਂ ਦੂਜਿਆ, ਸ੍ਰੀ ਦਰਬਾਰ ਸਾਹਿਬ ਜੀ ਦੇ ਰਚਨਹਾਰ, ਖੱਤਰੀ ਬ੍ਰਾਹਮਣ ਸੂਦ ਵੇਸ਼ ਉਪਦੇਸ਼ ਚੋਹ ਵਰਨਾ ਕੋ ਸਾਂਝਾ ਦਾ ਮਹਾਨ ਉਪਦੇਸ਼ ਦਾ ਮਨਾਲੇ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਹੈ। ਅੱਜ ਦੇ ਦਿਨ ਚੂਨਾ ਮੰਦੀ ਲਾਹੌਰ ਵਿਖੇ ਸੰਨ 1534 ਨੂੰ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਪਿਤਾ ਹਰਿਦਾਸ ਜੀ ਦੇ ਗ੍ਰਹਿ ਵਿਖੇ ਆਪ ਜੀ ਨੇ ਚੂਨਾ ਮੰਦੀ ਲਾਹੌਰ ਵਿਖੇ ਉਤਾਰ ਤਾਰਿਆ। ਆਪ ਦੇ ਪਾਵਨ ਪਵਿੱਤਰ ਪ੍ਰਕਾਸ਼ ਉਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ। ਦਾਸ ਰਾਏਬਰੇਲੀ ਯੂਪੀ ਦਾ ਨਿਵਾਸੀ ਹੈ। ਅੱਜ ਇੱਥੇ ਆ ਕੇ ਇਤਨਾ ਅੱਛਾ ਲੱਗਾ। ਵਰਸਾਂ ਤੋਂ ਤੁਹਾਡੀ ਅਰਦਾਸ ਸੀ ਸਤਿਗੁਰ ਚਰਨਾਂ ਵਿੱਚ, ਸਤਿਗੁਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਜੋ ਗੁਰਧਾਮ ਜਿਨ੍ਹਾਂ ਨੂੰ ਪੰਨੂ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨਦਾਰ ਸਾਨੂੰ ਬਖਸ਼ੋ। ਅੱਜ ਸਤਿਗੁਰ ਨੇ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ, ਸਾਡੀ ਅਰਦਾਸ ਨੂੰ ਸਵੀਕਾਰ ਕੀਤਾ ਅਤੇ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ। ਇੱਥੇ ਆਉਣ 'ਤੇ ਜੋ ਸਤਿਕਾਰ, ਜੋ ਸਨਮਾਨ ਪ੍ਰਬੰਧ ਨੇ ਪਾਕਿਸਤਾਨ ਦੀ ਗੌਰਮੈਂਟ ਨੇ ਕੀਤਾ ਹੈ, ਉਹਨਾਂ ਦੀ ਤਾਰੀਫ ਕਰਨ ਲਈ ਦਾਸ ਪਾਸ ਸੰਬੰਧੀ ਹਨ, ਰਸਨਾ ਲਫਜ਼ਾਂ ਦੀ ਮੁਹਤਾਜ ਹੈ। ਮੈਂ ਪਾਕਿਸਤਾਨ ਸਰਕਾਰ ਦਾ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇੱਥੇ ਦੇ ਸਮੂਹ ਪ੍ਰਬੰਧਕਾਂ ਦਾ, ਟਹਿਲੀਆਂ ਦਾ, ਗੁਰਘਰ ਦੇ ਸੇਵਾਦਾਰ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਪ੍ਰੇਮ ਦਿੱਤਾ ਹੈ। ਸਾਧੂ ਕਿਰਪਾ ਕਰਨ ਇਸ ਤਰ੍ਹਾਂ ਵੱਧ ਚੜ ਕੇ ਸੇਵਾ ਕਰਨ ਦਾ ਬਲ ਬਖਸ਼ਣ, ਉੱਦਮ ਬਖਸ਼ਣ, ਸ਼ਕਤੀ ਬਖਸ਼ਣ, ਸਮਰੱਥਾ ਬਖਸ਼ਣ, ਪ੍ਰੇਰਣਾ ਬਖਸ਼ਣ, ਚੜ੍ਹਦੀ ਅਗਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।